ਬੇਸ਼ੱਕ ਅੱਜ ਪੰਜਾਬ ਭਾਜਪਾ ਵੱਲੋਂ ਜ਼ਿਲ੍ਹਾ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕੇ ਗਏ ਅਤੇ ਉਹਨਾਂ ਦੇ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਗਏ। ਪਰ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਅੱਜ ਆਪਣੀ ਪਾਰਟੀ ਤੋਂ ਵੱਖਰੀ ਰਾਏ ਦੇ ਦਿੱਤੀ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਵਿੱਚ ਇੱਕ ਡੈਲੀਗੇਸ਼ਨ ਸਰਬ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚ ਕਰੇ ਤਾਂ ਜੋ ਕੇਂਦਰ ਸਰਕਾਰ ਦੀ ਮਦਦ ਦੇ ਨਾਲ ਸੂਬਾ ਸਰਕਾਰ ਨਸ਼ਿਆਂ ਨੂੰ ਠੱਲ ਪਾ ਸਕੇ। ਭਾਰਤੀ ਜਨਤਾ ਪਾਰਟੀ ਨੇ ਜੋ ਅਸੀਂ ਦੇਖਦੇ ਹਾਂ ਕਿ ਪਿਛਲੇ ਦਿਨਾਂ ਤੋਂ ਡਰੱਗਸ ਨੂੰ ਲੈ ਕੇ ਇੱਕ ਬਹੁਤ ਵੱਡਾ ਮੁੱਦਾ ਬਣਿਆ। ਮੁੱਦਾ ਤਾਂ ਇਹ ਇੱਕ ਸਮਾਜਿਕ ਵੀ ਹੈ, ਪਰਿਵਾਰਕ ਵੀ ਹੈ ਅਤੇ ਇਹ ਸਰਕਾਰ ਦਾ ਵੀ ਹੈ। ਸਾਨੂੰ ਇਹ ਲੜਾਈ ਤਿੰਨ ਪੱਖਾਂ 'ਤੇ ਲੜਨੀ ਪਏਗੀ, ਪਰਿਵਾਰ, ਸਮਾਜ ਅਤੇ ਸਰਕਾਰ। ਪਰ ਅਫਸੋਸ ਦੀ ਗੱਲ ਹੈ ਕਿ ਜਿਹੜਾ ਪੰਜਾਬੀ ਕਦੀ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਰੱਖਿਆ ਕਰਨ ਲਈ ਨੌਜਵਾਨ ਤਿਆਰ ਰਹਿੰਦਾ ਸੀ, ਖੇਡ ਦੇ ਮੈਦਾਨ 'ਚ ਜਾ ਕੇ ਉਹ ਆਪਣੇ ਪੰਜਾਬ ਦਾ ਨਾਮ ਉੱਚਾ ਕਰਦਾ ਸੀ, ਕਈ ਵਾਰ ਗਿਣਿਆ ਜਾਂਦਾ ਸੀ ਇੱਕ ਪਾਸੇ ਸੰਸਾਰ ਅਤੇ ਇੱਕ ਪਾਸੇ ਸੰਸਾਰਪੁਰ। 8-8 ਖਿਡਾਰੀ ਸਾਡੇ ਟੀਮ ਦੇ ਜਿਹੜੇ ਹੁੰਦੇ ਸੀ ਉਹ ਇੱਕ ਪਿੰਡ 'ਚੋਂ ਹੁੰਦੇ ਸੀ, ਪਰ ਕਿਸੇ ਨਾ ਕਿਸੇ ਕਾਰਨ, ਅੱਜ ਨਸ਼ਿਆਂ ਦੇ ਰੁਝਾਨ ਵਧਣ ਕਾਰਨ ਪੰਜਾਬ ਦਾ ਨੌਜਵਾਨ ਜਿਹੜਾ ਹੈ ਉਹ ਮਿਸਗਾਈਡਡ ਹੋ ਕੇ ਇਸ ਪਾਸੇ ਚੱਲ ਗਿਆ। ਸਾਡੀ ਸਭ ਦੀ ਰਿਸਪੋਂਸੀਬਿਲਟੀ ਬਣਦੀ ਹੈ, ਖਾਸ ਤੌਰ 'ਤੇ ਸਰਕਾਰ ਦੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਉਹ ਇਸ ਤਰ੍ਹਾਂ ਦਾ ਵਾਤਾਵਰਣ ਉਹਨਾਂ ਨੌਜਵਾਨਾਂ ਵਾਸਤੇ ਮੁਹੱਈਆ ਕਰਾਵੇ ਤਾਂ ਕਿ ਉਹ ਉਸ ਗੱਲ ਤੋਂ ਦੂਰ ਹੋ ਕੇ ਸਮਾਜ ਔਰ ਸਮਾਜ ਦੀ ਸੇਵਾ ਕਰ ਸਕਣ, ਆਪਣੇ ਪਰਿਵਾਰ ਦੀ ਸੇਵਾ ਕਰ ਸਕਣ।